ਲਛਣ ਆਉਟਲੁੱਕ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਵੀਡੀਓ ਦੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 534ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਕਰਾਂਗੇ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਗੱਲ ਕਰਦੇ ਹਨ ਰਾਜ ਦੀ ਮੁਕਤੀ ਦੀ ਅਸੀਂ ਜਾਣਾਂਗੇ ਕਿ ਉਹਨਾਂ ਨੂੰ ਇਹ ਦੋਨੋਂ ਹੀ ਚਾਹੀਦੇ ਹਨ ਜਾਂ ਨਹੀਂ ਉਹਨਾਂ ਨੂੰ ਰਾਜ ਦੀ ਚਾਹਤ ਹੈ ਕਿ ਨਹੀਂ ਹੈ ਮੁਕਤੀ ਦੀ ਚਾਹਤ ਹੈ ਕਿ ਨਹੀਂ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਆਪਣਾ ਅੰਦਾਜ਼ਾ ਕਮੈਂਟ ਸੈਕਸ਼ਨ ਦੇ ਵਿੱਚ ਦਰਜ ਕਰ ਸਕਦੇ ਹੋ ਤੇ ਬਾਅਦ ਵਿੱਚ ਜਦ ਅਸੀਂ ਗੁਰਬਾਣੀ ਦੀਆਂ ਉਹ ਪੰਕਤੀਆਂ ਪੜਾਂਗੇ ਤੁਹਾਡਾ ਅੰਦਾਜ਼ਾ ਸਹੀ ਨਿਕਲਿਆ ਕਿ ਗਲਤ ਨਿਕਲਿਆ ਉਹ ਪ੍ਰਤੀਕਿਰਿਆ ਵੀ ਕਮੈਂਟ ਸੈਕਸ਼ਨ ਦੇ ਵਿੱਚ ਦਰਜ ਕਰ ਸਕਦੇ ਹਾਂ ਇੱਕ ਤਰ੍ਹਾਂ ਦੀ ਐਕਟੀਵਿਟੀ ਹੋ ਜਾਏਗੀ ਤੇ ਗੁਰਬਾਣੀ ਦਾ ਉਹ ਸੰਦੇਸ਼ ਹੋਰ ਵੀ ਗਹਿਰਾਈ ਨਾਲ ਤੁਹਾਡੇ ਮਨ ਵਿੱਚ ਅਸਰ ਕਰ ਜਾਏਗਾ ਸਕੂਲਾਂ ਕਾਲਜਾਂ ਦੇ ਵਿੱਚ ਵੀ ਜਦੋਂ ਅਸੀਂ ਪੜ੍ਹਦੇ ਹਾਂ ਜੇਕਰ ਅਧਿਆਪਕ ਸਾਨੂੰ ਪੜ੍ਹਾ ਰਿਹਾ ਹੈ ਅਸੀਂ ਸਿਰਫ ਬੈਠ ਕੇ ਸੁਣਦੇ ਪਏ ਹਾਂ ਹੋ ਸਕਦਾ ਅਸੀਂ ਸਿੱਖ ਜਾਈਏ ਦੇਸੀ ਸਿੱਖਦੇ ਵੀ ਹਾਂ ਜੋ ਵੀ ਅਧਿਆਪਕ ਪੜਾਉਂਦਾ ਹੈ ਪਰ ਉਹ ਸਿੱਖਿਆ ਉਨੀ ਗਹਿਰੀ ਛਾਪ ਸਾਡੇ ਮਨ ਉੱਪਰ ਛੱਡ ਕੇ ਨਹੀਂ ਜਾਂਦੀ ਜਿੰਨੀ ਗਹਿਰੀ ਕਿ ਉਹ ਛੱਡ ਸਕਦੀ ਆ ਜੇਕਰ ਅਸੀਂ ਜੋ ਵੀ ਅਧਿਆਪਕ ਪੜਾ ਰਿਹਾ ਹੈ ਉਹਦੇ ਵਿੱਚ ਆਪਣੇ ਵੱਲੋਂ ਸ਼ਾਮਲ ਹੋ ਜਾਈਏ ਚਾਹੇ ਤੇ ਅਧਿਆਪਕ ਸਾਨੂੰ ਕੋਈ ਐਕਟੀਵਿਟੀ ਦੇਵੇ ਜੋ ਅਸੀਂ ਕਰੀਏ ਜਾਂ ਜੋ ਅਧਿਆਪਕ ਬੋਲ ਰਿਹਾ ਹੈ ਉਹਦੇ ਵਿੱਚੋਂ ਸਾਨੂੰ ਕੀ ਸਮਝ ਆ ਰਹੀ ਹੈ ਉਹ ਅਸੀਂ ਨੋਟ ਕਰ ਲਈਏ ਭਾਵ ਕਿ ਨਿਰਾ ਸੁਣਨ ਦੇ ਨਾਲੋਂ ਜੇਕਰ ਅਸੀਂ ਥੋੜੇ ਜੇ ਉਸ ਐਕਟੀਵਿਟੀ 'ਚ ਸ਼ਾਮਲ ਹੋ ਜਾਈਏ ਉਸ ਸਿੱਖਿਆ ਦੇ ਵਿੱਚ ਪਾਠ ਦੇ ਵਿੱਚ ਸ਼ਾਮਲ ਹੋ ਜਾਈਏ ਤਾਂ ਉਹ ਸਿੱਖਿਆ ਬਹੁਤ ਹੀ ਗਹਿਰੇ ਢੰਗ ਨਾਲ ਸਾਡੇ ਮਨ ਵਿੱਚ ਵਸਦੀ ਹੈ ਖੈਰ ਰਾਜ ਅਤੇ ਮੁਕਤੀ ਤੋਂ ਇਲਾਵਾ ਗੁਰੂ ਸਾਹਿਬ ਇਸ ਅੰਗ ਦੀ ਗੁਰਬਾਣੀ ਵਿੱਚ ਇੱਕ ਅਜਿਹੇ ਮਾਰਗ ਤੇ ਚੱਲਣ ਦੀ ਵੀ ਗੱਲ ਕਰਦੇ ਨੇ ਜਿਸ ਤੇ ਚੱਲਣਾ ਕੀ ਖੰਡੇ ਦੀ ਧਾਰ ਤੇ ਚੱਲਣ ਬਰਾਬਰ ਹੈ ਉਹ ਮਾਰਗ ਕਿਹੜਾ ਹੈ ਅਸੀਂ ਉਹ ਵੀ ਜਾਣਾਂਗੇ ਤੇ ਨਾਲ ਹੀ ਗੁਰੂ ਸਾਹਿਬ ਕੁਝ ਤਰ੍ਹਾਂ ਦੇ ਲੋਕਾਂ ਦੀ ਗੱਲ ਕਰਦੇ ਹਨ ਜਿਨ੍ਹਾਂ ਤੋਂ ਪ੍ਰਮਾਤਮਾ ਦੂਰ ਵਸਦਾ ਹੈ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਆਓ ਆਪਾਂ ਗੁਰਬਾਣੀ ਵਿਆਖਿਆ ਦੀ ਸ਼ੁਰੂਆਤ ਕਰੀਏ ਦੇਵ ਗੰਧਾਰੀ ਮਹਲਾ 5 ਅੰਮ੍ਰਿਤ ਆ ਪਰੀਏ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਭ ਹੂੰ ਮਦ ਨਿਰਾਰੇ ਰਹਾਉ ਏ ਪਿਆਰੇ ਏ ਅਤੀ ਸੁੰਦਰ ਬਹੁਤ ਸੁੰਦਰ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਜੀ ਏ ਜੀਵਾਂ ਵਿੱਚ ਤੇ ਜੀਵਾਂ ਤੋਂ ਵੱਖਰੇ ਵੀ ਰਹਿਣ ਵਾਲੇ ਪ੍ਰਭੂ ਜੀ ਤੇਰੀ ਸਿਫਤ ਸਲਾਹ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹਨ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿੱਧ মুন ਇੰਦਰਾ ਮੋਹੇ ਠਾਕੁਰ ਹੀ ਦਰਸਾਰੇ ਏ ਪਿਆਰੇ ਪ੍ਰਭੂ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਹਿੰਦੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਕਹਿੰਦੀ ਮੈਂ ਰਾਜ ਨਹੀਂ ਮੰਗਦਾ ਮੈਂ ਮੁਕਤੀ ਨਹੀਂ ਮੰਗਦਾ ਮੇਰ ਕਰ ਸਿਰਫ ਤੇਰੇ ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿੱਚ ਟਿਕਿਆ ਰਹੇ ਮਨ ਪ੍ਰੀਤ ਚਰਨ ਕਮਲਾਰੇ ਆਪਾਂ ਬਹੁਤ ਵਾਰ ਗੁਰਬਾਣੀ ਦੇ ਵਿੱਚ ਪੜਦੇ ਹਾਂ ਤੇ ਇਹ ਜਾਣਦੇ ਹਾਂ ਕਿ ਗੁਰੂ ਸਹਬਾਨਾ ਨੇ ਭਗਤ ਸਹਬਾਨਾ ਨੇ ਜਦੋਂ ਵੀ ਕਦੇ ਪ੍ਰਮਾਤਮਾ ਤੋਂ ਕੁਝ ਮੰਗਿਆ ਹੈ ਤਾਂ ਉਸ ਪ੍ਰਮਾਤਮਾ ਦੀ ਕਿਰਪਾ ਤੇ ਉਸ ਪ੍ਰਮਾਤਮਾ ਦੇ ਨਾਲ ਪ੍ਰੀਤ ਹੀ ਮੰਗੀ ਹੈ ਉਸ ਤੋਂ ਇਲਾਵਾ ਕਦੇ ਕੁਝ ਨਹੀਂ ਮੰਗਿਆ ਦੁਨਿਆਵੀ ਚੀਜ਼ਾਂ ਵਸਤਾਂ ਇਥੋਂ ਤੱਕ ਕਿ ਨਾ ਹੀ ਉਹਨਾਂ ਨੇ ਕਦੇ ਦੁਨਿਆਵੀ ਗੁਣ ਹੀ ਮੰਗੇ ਤੇ ਰਾਜ ਭਾਗ ਤੇ ਮੰਗਣਾ ਹੀ ਕੀ ਹੋਇਆ ਕਿਉਂਕਿ ਦੁਨਿਆਵੀ ਵਸਤਾਂ ਇਹ ਰਾਜ ਭਾਗ ਇਹ ਮੁਕਤੀ ਦੀ ਲਾਲਸਾ ਸਾਨੂੰ ਮਾਇਆ ਦੇ ਮੋਹ ਦੇ ਜਾਲ ਵਿੱਚ ਫਸਾਉਂਦੇ ਹਨ ਤੇ ਸਾਰੀ ਗੁਰਬਾਣੀ ਤੇ ਸਾਨੂੰ ਇਸ ਜਾਲ ਵਿੱਚੋਂ ਕੱਢਣ ਲਈ ਹੀ ਲਿਖੀ ਗਈ ਹੈ ਇਸ ਜਾਲ ਤੋਂ ਬਚੇ ਰਹਿਣ ਦੀ ਹੀ ਸਿੱਖਿਆ ਸਾਨੂੰ ਗੁਰਬਾਣੀ ਤੋਂ ਮਿਲਦੀ ਹੈ ਸੋ ਅਸੀਂ ਜਾਲ 'ਚ ਨਾ ਫਸੀਏ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੇ ਇਸ ਜਾਲ ਦੇ ਵਿੱਚੋਂ ਮਾਇਆ ਦੇ ਮੋਹ ਤੋਂ ਬਚੇ ਰਹੀਏ ਅੱਗੇ ਗੁਰੂ ਸਾਹਿਬ ਕਹਿੰਦੇ ਬ੍ਰਹਮ ਮਹੇਸ਼ ਸਿੱਧ মুন ਇੰਦਰਾ ਮੋਹਿ ਠਾਕੁਰ ਹੀ ਦਰਸਾਰੇ ਕਹਿੰਦੇ ਲੋਕਾਂ ਨੂੰ ਬ੍ਰਹਮਾ ਸ਼ਿਵ ਕਰਾਮਾਤੀ ਜੋਗੀ ॠषि मुनि ਇੰਦਰ ਇਹਨਾਂ ਦੇ ਦਰਸ਼ਨ ਦੀ ਚਾਹਤ ਹੁੰਦੀ ਹੈ ਪਰ ਮੈਨੂੰ ਮਾਲਕ ਪ੍ਰਭੂ ਦਾ ਦਰਸ਼ਨ ਹੀ ਚਾਹੀਦਾ ਹੈ ਮੋਹਿ ਠਾਕੁਰ ਹੀ ਦਰਸਾਰੇ ਦੀਨ ਦੁਆਰੇ ਆਇਓ ਠਾਕੁਰ ਸ਼ਰਨ ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸ਼ੀਤਲ ਬਿਗਸਾਰੇ ਏ ਠਾਕੁਰ ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ ਮੈਂ ਹਾਰ ਕੇ ਤੇਰੇ ਸੰਤਾਂ ਦੀ ਸ਼ਰਨ ਆ ਪਿਆ ਹਾਂ ਏ ਨਾਨਕ ਏ ਆਖੋ ਜਿਸ ਮਨੁੱਖ ਨੂੰ ਮਨ ਮੋਹਣ ਵਾਲੇ ਪ੍ਰਭੂ ਜੀ ਮਿਲ ਪੈਂਦੇ ਹਨ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਖਿੜ ਪੈਂਦਾ ਹੈ ਦੇਵ ਗੰਧਾਰੀ ਮਹਲਾ 5 ਹਰ ਜਪ ਸੇਵਕ ਪਾਰ ਉਤਾਰਿਓ ਦੀਨ ਦਇਆਲ ਭੈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਉ ਏ ਭਾਈ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦਾ ਸੇਵਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਜਾਂਦਾ ਹੈ। ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਉਸ ਸੇਵਕ ਦੇ ਆਪਣੇ ਬਣ ਜਾਂਦੇ ਹਨ। ਪ੍ਰਭੂ ਉਸ ਨੂੰ ਮੁੜ ਮੁੜ ਜਨਮ ਮਰਨ ਵਿੱਚ ਨਹੀਂ ਪਾਉਂਦਾ। ਸਾਧ ਸੰਗਮ ਗੁਣ गावा ਹਰ ਕੀ ਰਤਨ ਜਨਮ ਨਹੀਂ ਹਾਰਿਓ। ਪ੍ਰਭ ਗੁਣ ਗਾਏ ਵਿਖੇ ਬਨ ਤਰਿਆ ਕੁਲਾ ਸਮੂਹ ਉਧਾਰਿਓ ਏ ਭਾਈ ਆਓ ਅਸੀਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੇ ਗੁਣ ਗਾਵੀਏ ਸਾਧ ਸੰਗਮ ਗੁਣ ਗਾਵਾਂ ਹਰ ਕੇ ਰਤਨ ਜਨਮ ਨਹੀਂ ਹਾਰਿਓ ਪ੍ਰਭੂ ਦਾ ਸੇਵਕ ਗੁਣ ਗਾ ਕੇ ਆਪਣਾ ਸ਼੍ਰੇਸ਼ਟ ਮਨੁੱਖਾ ਜਨਮ ਅਜਾਈ ਨਹੀਂ ਗਵਾੰਦਾ ਜੇ ਅਸੀਂ ਪ੍ਰਮਾਤਮਾ ਦੇ ਗੁਣ ਨਾ ਗਾਈਏ ਪ੍ਰਮਾਤਮਾ ਦੀ ਮੌਜੂਦਗੀ ਨੂੰ ਆਪਣੇ ਜੀਵਨ ਵਿੱਚ ਨਾ ਮੰਨੀਏ ਤੇ ਸਮਝ ਲਵੋ ਕਿ ਅਸੀਂ ਆਪਣਾ ਇਹ ਕੀਮਤੀ ਮਨੁੱਖਾ ਜਨਮ ਅਜਾਈ ਗਵਾਨਦੇ ਹਾਂ ਪ੍ਰਮਾਤਮਾ ਦੇ ਜੋ ਸੇਵਕ ਹਨ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਉਹਨਾਂ ਗੁਣਾਂ ਨੂੰ ਚਿਤਾਰਦੇ ਹਨ ਆਪਣੇ ਮਨ ਵਿੱਚ ਤੇ ਆਪਣੇ ਮਨੁੱਖੇ ਜਨਮ ਨੂੰ ਅਜਾਈਂ ਗਵਾਉਣ ਤੋਂ ਬਚਾ ਲੈਂਦੇ ਹਨ ਪ੍ਰਭ ਗੁਣ ਗਾਏ ਵਿਖੈ ਬਨ ਤਰਿਆ ਕੁਲਾ ਸਮੂ ਉਧਾਰੇਉ ਪ੍ਰਭੂ ਦੇ ਗੁਣ ਗਾ ਕੇ ਸੇਵਕ ਵਿਸ਼ਿਆਂ ਦੇ ਜਲ ਨਾਲ ਭਰੇ ਸੰਸਾਰ ਸਮੁੰਦਰ ਤੋਂ ਆਪ ਪਾਰ ਲੰਘ ਜਾਂਦਾ ਹੈ ਤੇ ਨਾਲ ਹੀ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਉਸ ਵਿੱਚ ਡੁੱਬਣੋਂ ਬਚਾ ਲੈਂਦਾ ਹੈ ਚਰਨ ਕਮਲ ਬਸਿਆ ਰਿਤ ਪੀਤਰ ਸਾਸ ਗਿਰਾਸ ਉਚਾਰਿਓ ਨਾਨਕ ਓਟ ਗਹੀ ਜਗਦੀਸ਼ੁਰ ਪੁਨਹ ਪੁਨਹ ਬਲਹਾਰਿਓ हे ਭਾਈ ਸੇਵਕ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਸੋਹਣੇ ਚਰਨ ਸਦਾ ਵਸਦੇ ਰਹਿੰਦੇ ਹਨ ਪਰਮਾਤਮਾ ਦਾ ਜੋ ਸੇਵਕ ਹੈ ਉਹ ਹਰੇਕ ਸਾਹ ਨਾਲ ਹਰੇਕ ਗਿਰਾਈ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਇਹ ਨਾਨਕ ਸੇਵਕ ਨੇ ਜਗਤ ਦੇ ਮਾਲਕ ਪਰਮਾਤਮਾ ਦਾ ਆਸਰਾ ਲਿਆ ਹੁੰਦਾ ਹੈ ਮੈਂ ਉਸ ਸੇਵਕ ਤੋਂ ਮੁੜ ਮੁੜ ਕੁਰਬਾਨ ਜਾਂਦਾ ਹਾਂ ਰਾਗ ਦੇਵਗੰਧਾਰੀ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ਰਹਾਉ اے ਭਾਈ ਜਿਹੜੇ ਮਨੁੱਖ त्यागी ਸਾਧੂਆਂ ਵਾਲੇ ਭੇਖ ਕਰਕੇ ਜੰਗਲ ਵਿੱਚ ਤੁਰੇ ਫਿਰਦੇ ਹਨ ਮੋਹਨ ਰਹਤ ਨਿਰਾਰ ਪ੍ਰਮਾਤਮਾ ਸੂਣਾ ਪ੍ਰਭੂ ਉਹਨਾਂ ਤੋਂ ਵੱਖਰਾ ਹੀ ਰਹਿੰਦਾ ਹੈ ਕਾਰਨ ਕੀ ਹੈ ਇਸ ਗੱਲ ਦਾ ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਕਥਨ ਸੁਨਾਵਣ ਗੀਤ ਨੀਕੇ ਗਾਵਣ ਮਨਮਹਿ ਧਰਤੇ ਗਾਰ ਇਹ ਭਾਈ ਜਿਹੜੇ ਮਨੁੱਖ ਹੋਰਨਾਂ ਨੂੰ ਉਪਦੇਸ਼ ਕਹਿਣ ਸੁਣਾਉਣ ਵਾਲੇ ਹਨ ਜਿਹੜੇ ਸੋਹਣੇ-ਸੋਹਣੇ ਗੀਤ ਵੀ ਗਾਣ ਵਾਲੇ ਹਨ ਉਹ ਆਪਣੇ ਇਸ ਗੁਣ ਦਾ ਮਨ ਵਿੱਚ ਹੰਕਾਰ ਬਣਾਈ ਰੱਖਦੇ ਹਨ ਮਨਮਹਿ ਧਰਤੇ ਗਾਰ ਇਹੀ ਕਾਰਨ ਹੈ ਕਿ ਪ੍ਰਭੂ ਉਹਨਾਂ ਤੋਂ ਵੱਖਰਾ ਰਹਿੰਦਾ ਹੈ ਕਿਉਂਕਿ ਉਹਨਾਂ ਨੇ ਪ੍ਰਭੂ ਤੇ ਆਪਣੇ ਵਿਚਕਾਰ ਹੰਕਾਰ ਦੀ ਇੱਕ ਕੰਧ ਬਣਾ ਲਈ। ਇਹੀ ਕਾਰਨ ਹੈ ਜੰਗਲਾਂ ਦੇ ਵਿੱਚ ਫਿਰਦੇ ਰਹਿਣ ਵਾਲੇ ਭੇਖ ਧਾਰੀ ਸਾਧੂਆਂ ਦਾ ਉਹਨਾਂ ਨੂੰ ਵੀ ਇਸ ਗੱਲ ਦਾ ਹੰਕਾਰ ਹੋ ਜਾਂਦਾ ਹੈ ਕਿ ਉਹ ਦੁਨੀਆ ਤੋਂ ਦੂਰ ਆ ਗਏ ਹਨ। ਅਤ ਸੁੰਦਰ ਬਹੁ ਚਤੁਰ ਸਿਆਣੇ ਵਿੱਦਿਆ ਰਸਨਾ ਚਾਰ ਏ ਭਾਈ ਵਿਦਿਆ ਦੀ ਬਰਕਤ ਨਾਲ ਜਿਨ੍ਹਾਂ ਦੀ ਜੀਵ ਸੋਹਣੀ ਬੋਲਣ ਵਾਲੀ ਬਣ ਜਾਂਦੀ ਹੈ ਜੋ ਵੇਖਣ ਨੂੰ ਖੁਦ ਵੀ ਬੜੇ ਸੋਹਣੇ ਹਨ ਚਤੁਰ ਹਨ ਸਿਆਣੇ ਹਨ ਹੁਣ ਜਿਸ ਵਿੱਚ ਇਹ ਗੁਣ ਆ ਜਾਵਣ ਸੁਭਾਵਕ ਹੀ ਉਹਦੇ ਅੰਦਰ ਹੰਕਾਰ ਵੀ ਆ ਜਾਂਦਾ ਹੈ ਤੇ ਉਹ ਵੀ ਪ੍ਰਮਾਤਮਾ ਤੋਂ ਦੂਰ ਰਹਿ ਜਾਂਦਾ ਹੈ ਮਾਨ ਮੋਹ ਮੇਰ ਤੇਰ ਬਿਵਰਜਿਤ ਇਹੋ ਮਾਰਗ ਖੰਡੇ ਧਾਰ ਇਹ ਭਾਈ ਮੋਹਨ ਪ੍ਰਭੂ ਉਹਨਾਂ ਦੇ ਹਿਰਦੇ ਵਿੱਚ ਵੱਸਦਾ ਹੈ ਜਿਹੜੇ ਹੰਕਾਰ ਤੋਂ ਮੋਹ ਤੋਂ ਮੇਰ ਤੇਰ ਤੋਂ ਬਚੇ ਰਹਿੰਦੇ ਹਨ ਪਰ ਇਹਨਾਂ ਤੋਂ ਬਚੇ ਰਹਿਣਾ ਖੰਡੇ ਦੀ ਧਾਰ ਵਰਗਾ ਬਰੀਕ ਹੈ ਪਾਪ ਕੇ ਮੇਰ-ਤੇਰ ਤੋਂ ਬਚਣਾ, ਮੋਹ ਤੋਂ ਬਚਣਾ, ਹੰਕਾਰ ਤੋਂ ਬਚਣਾ ਖੰਡੇ ਦੀ ਧਾਰ ਦੇ ਉੱਤੇ ਤੁਰਨ ਬਰਾਬਰ ਹੈ। ਬੜਾ ਹੀ ਕਠਿਨ ਹੈ। ਪ੍ਰਮਾਤਮਾ ਸਾਡੇ ਨਾਲ ਹੋਵੇ, ਪ੍ਰਮਾਤਮਾ ਦਾ ਸਾਥ ਹੋਵੇ, ਪ੍ਰਭੂ ਦੀ ਕਿਰਪਾ ਹੋਵੇ ਤੇ ਅਸੀਂ ਇਸ ਖੰਡੇ ਦੀ ਧਾਰ ਉੱਤੇ ਵੀ ਚੱਲ ਸਕਦੇ ਹਾਂ। ਪਰ ਜੇ ਪ੍ਰਭੂ ਦੀ ਕਿਰਪਾ ਨਾ ਹੋਵੇ ਤੇ ਫੇਰ ਅਸੀਂ ਸੰਸਾਰ ਸਮੁੰਦਰ 'ਚ ਹੀ ਫਸੇ ਰਹਿੰਦੇ ਹਾਂ। ਮੇਰ ਤੇਰ ਮੋਹ ਹੰਕਾਰ ਤੋਂ ਬਾਹਰ ਨਹੀਂ ਆ ਪਉਂਦੇ ਕਹੋ ਨਾਨਕ ਤਿਨ ਭਵ ਜਲ ਤਰੀਐਲੇ ਪ੍ਰਭ ਕਿਰਪਾ ਸੰਤ ਸੰਗਾਰ ਏ ਨਾਨਕ ਉਸ ਮਨੁੱਖ ਨੇ ਸੰਸਾਰ ਸਮੁੰਦਰ ਤਰ ਲਿਆ ਹੈ ਜੋ ਪ੍ਰਭੂ ਦੀ ਕਿਰਪਾ ਨਾਲ ਸਾਧ ਸੰਗਤ ਵਿੱਚ ਨਿਵਾਸ ਰੱਖਦਾ ਹੈ ਰਾਗ ਦੇਵ ਗੰਧਾਰੀ ਮਹਲਾ 5 ਘਰ 5 ਮਾ ਇਕ ਓੰਕਾਰ ਸਤਗੁਰ ਪ੍ਰਸਾਦ ਮੈਂ ਪੇਖਿ ਓਰੀ ਉਚਾ ਮੋਹਨ ਸਭ ਤੇ ਉਚਾ ਆਨ ਨ ਸੰਸਰ ਕੋ ਲਾਗੈ ਟੂੰਡ ਰਹੇ ਹਮ ਮੂਚਾ ਰਹਾਉ ਏ ਭੈਣ ਮੈਂ ਵੇਖ ਲਿਆ ਹੈ ਕਿ ਓ ਸੋਹਣਾ ਪ੍ਰਭੂ ਬਹੁਤ ਉੱਚਾ ਹੈ ਸਭ ਨਾਲੋਂ ਉੱਚਾ ਹੈ ਮੈਂ ਬਹੁਤ ਭਾਲ ਕਰਕੇ ਥੱਕ ਗਿਆ ਹਾਂ ਕੋਈ ਹੋਰ ਉਸ ਦੀ ਬਰਾਬਰੀ ਕਰ ਨਹੀਂ ਸਕਦਾ ਬਹੁ ਬੇਅੰਤ ਅਤ ਵੱਡੋ ਗਾਹਰੋ ਥਾਣ ਹੀ ਅਗ ਉੱਚਾ ਤੋਲ ਨਾ ਤੁਲੀਐ ਮੋਲ ਨਾ ਮੁਲੀਐ ਕਤ ਪਾਈਐ ਮਨ ਰੂਚਾ ਓ ਪ੍ਰਮਾਤਮਾ ਬਹੁਤ ਬੇਅੰਤ ਹੈ ਬਹੁਤ ਹੀ ਗੰਭੀਰ ਹੈ ਉਸ ਦੀ ਡੁੰਗਾਈ ਨਹੀਂ ਲੱਭ ਸਕਦੀ ਪਰਮਾਤਮਾ ਇਤਨਾ ਉੱਚਾ ਹੈ ਕਿ ਉਸ ਤੱਕ ਅਪੜਿਆ ਨਹੀਂ ਜਾ ਸਕਦਾ ਕਿਸੇ ਵੱਟੇ ਨਾਲ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਕਿਸੇ ਕੀਮਤ ਨਾਲ ਉਸ ਨੂੰ ਖਰੀਦਿਆ ਨਹੀਂ ਜਾ ਸਕਦਾ ਪਤਾ ਨਹੀਂ ਲੱਗਦਾ ਕਿੱਥੇ ਉਸ ਸੋਹਣੇ ਪ੍ਰਭੂ ਨੂੰ ਲੱਭੀਏ ਪਰਮਾਤਮਾ ਦਾ ਕੋਈ ਸਰੂਪ ਨਹੀਂ ਕੋਈ ਆਕਾਰ ਨਹੀਂ ਕੋਈ ਸਾਈਜ਼ ਨਹੀਂ ਇਸ ਕਰਕੇ ਹੀ ਉਸ ਨੂੰ ਖਰੀਦਿਆ ਜਾਂ ਤੋਲਿਆ ਵੀ ਨਹੀਂ ਜਾ ਸਕਦਾ ਪਰ ਜਦੋਂ ਅਸੀਂ ਪ੍ਰਮਾਤਮਾ ਨੂੰ ਕਿਸੇ ਖਾਸ ਸਰੂਪ ਦੇ ਵਿੱਚ ਢਾਲ ਦਈਏ ਤੇ ਆਖੀਏ ਕਿ ਇਹ ਪ੍ਰਮਾਤਮਾ ਹੈ ਤਾਂ ਉਹ ਜੋ ਸਰੂਪ ਬਣ ਜਾਏਗਾ ਉਹਨੂੰ ਤੋਲਿਆ ਵੀ ਜਾ ਸਕੇਗਾ ਉਹਨੂੰ ਮਿਣਿਆ ਵੀ ਜਾ ਸਕੇਗਾ ਉਹਨੂੰ ਖਰੀਦਿਆ ਵੀ ਜਾ ਸਕੇਗਾ ਉਹਨੂੰ ਛੋਇਆ ਵੀ ਜਾ ਸਕੇਗਾ ਉਹਦੇ ਤੱਕ ਅਪੜਿਆ ਵੀ ਜਾ ਸਕੇਗਾ ਪਰ ਜੋ ਅਸਲ ਪ੍ਰਮਾਤਮਾ ਹੈ ਜਿਸ ਦੀ ਤਸਵੀਰ ਗੁਰੂ ਸਾਹਿਬ ਨੇ ਇਹਨਾਂ ਪੰਕਤੀਆਂ ਦੇ ਵਿੱਚ ਖਿੱਚੀ ਹੈ ਕਿ ਬਹੁ ਬੇਅੰਤ ਅਤ ਵੱਡੋ ਗਾਰੋ ਥਾ ਨਹੀਂ ਅਗਹੂਚਾ ਤੋਲ ਨਾ ਤੁਲੀਐ ਮੋਲ ਨਾ ਮੁੱਲੀਐ ਕਤ ਪਾਈਐ ਮਨ ਰੂਚਾ ਇਹ ਪ੍ਰਭੂ ਅਦ੍ਰਿਸ਼ਟ ਹੈ ਨਿਰਾਕਾਰ ਹੈ ਇਹਨੂੰ ਕਿਸੇ ਵੀ ਸਰੂਪ ਵਿੱਚ ਨਹੀਂ ਢਾਲਿਆ ਜਾ ਸਕਦਾ ਖੋਜ ਅਸੰਖਾ ਅਨੇਕ ਤਪੰਥਾ ਬਿਨ ਗੁਰ ਨਹੀ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੁੰਚਾ अनेका ਪਾਲਾਂ ਕਰੀਏ अनेका ਰਸਤੇ ਵੇਖੀਏ ਕੁਝ ਨਹੀਂ ਬਣ ਸਕਦਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਉਸ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਪਹੁੰਚ ਸਕੀਦਾ ਏ ਨਾਨਕ ਇਹ ਆਖੋ ਪਰਭੂ ਨੇ ਜਿਸ ਮਨੁੱਖ ਉੱਤੇ ਕਿਰਪਾ ਕੀਤੀ ਉਹ ਗੁਰੂ ਨੂੰ ਮਿਲ ਕੇ ਉਸ ਦੇ ਨਾਮ ਦਾ ਰਸ ਮਾਣਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 534ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੀ ਵਿਆਖਿਆ ਇੱਥੇ ਹੀ ਸਮਾਪਤ ਹੁੰਦੀ ਹੈ ਜੀ। ਅੱਜ ਦੀ ਗੁਰਬਾਣੀ ਤੋਂ ਅਸੀਂ ਸਿੱਖੀਏ ਕਿ ਸਾਨੂੰ ਕਿਸੇ ਵੀ ਦੁਨਿਆਵੀ ਚੀਜ਼ ਦੀ ਲਾਲਸਾ ਨਹੀਂ ਕਰਨੀ ਚਾਹੀਦੀ। ਭਾਵੇਂ ਉਹ ਮੁਕਤੀ ਹੋਵੇ, ਭਾਵੇਂ ਰਾਜ ਹੋਵੇ, ਭਾਵੇਂ ਧਨ-ਦੌਲਤਾਂ ਹੋਵਣ। ਜਿੰਨਾ ਚਿਰ ਸਾਡੇ ਅੰਦਰ ਇਹਨਾਂ ਚੋਂ ਕਿਸੇ ਵੀ ਚੀਜ਼ ਦੇ ਲਈ ਚਾਹਤ ਹੈ ਅਸੀਂ ਪ੍ਰਭੂ ਤੋਂ ਦੂਰ ਹਾਂ ਅਸੀਂ ਮਾਇਆ ਦੇ ਜਾਲ 'ਚ ਫਸੇ ਹੋਏ ਹਾਂ ਅਸੀਂ ਸੰਸਾਰ ਸਮੁੰਦਰ ਦੇ ਵਿੱਚ ਡੁੱਬੇ ਹੋਏ ਹਾਂ ਜਿਸ ਦਿਨ ਸਾਡੇ ਅੰਦਰੋਂ ਇਹ ਮੋਹ ਖਤਮ ਹੋ ਗਿਆ ਭਾਵੇਂ ਉਹ ਰਾਜ ਦਾ ਮੋਹ ਹੋਵੇ ਮੁਕਤੀ ਦਾ ਮੋਹ ਹੋਵੇ ਤਨ ਦੌਲਤਾਂ ਦਾ ਮੋਹ ਹੋਵੇ ਪਰਿਵਾਰ ਦਾ ਮੋਹ ਹੋਵੇ ਜਦੋਂ ਸਾਡੇ ਅੰਦਰੋਂ ਇਹ ਮੋਹ ਖਤਮ ਹੋ ਗਿਆ ਉਦੋਂ ਅਸੀਂ ਪ੍ਰਮਾਤਮਾ ਦੇ ਨੇੜੇ ਪਹੁੰਚ ਜਾਵਾਂਗੇ ਨਾਲ ਦੀ ਨਾਲ ਹੰਕਾਰ ਦਾ ਖਤਮ ਹੋਣਾ ਵੀ ਜ਼ਰੂਰੀ ਹੈ ਤੇ ਮੇਰ-ਤੇਰ ਵੀ ਸਾਡੇ ਅੰਦਰੋਂ ਮੁੱਕਣੀ ਜ਼ਰੂਰੀ ਹੈ ਧਨ-ਦੌਲਤਾਂ ਆਦਿਕ ਦਾ ਮੋਹ ਜੋ ਹੈ ਉਹ ਮੇਰ-ਤੇਰ ਦੇ ਨਾਲ ਬਹੁਤ ਹੀ ਗਹਿਰਾ ਜੁੜਿਆ ਹੋਇਆ ਹੈ ਕਿਉਂਕਿ ਧਨ-ਦੌਲਤ ਤੇ ਇਸ ਦੁਨੀਆ ਦੇ ਵਿੱਚ ਹੈਗੀ ਹੋਈ ਹੈ ਪਰ ਮਨੁੱਖ ਚਾਹੁੰਦਾ ਕਿ ਉਹ ਮੇਰੀ ਹੋਵੇ ਤੇਰੀ ਨਾ ਹੋਵੇ ਪਾਪ ਕਿਸੇ ਹੋਰ ਦੀ ਨਾ ਹੋਵੇ ਉਨੂੰ ਦੌਲਤ ਦਾ ਮੋਹ ਵੀ ਹੈ ਤੇ ਮੇਰ-ਤੇਰ ਵੀ ਹੈ ਤੇ ਜੇਕਰ ਉਹਦੇ ਕੋਲ ਕੋਈ ਥੋੜੀ-ਬਹੁਤ ਦੌਲਤ ਆ ਜਾਵੇ ਤੇ ਉਹਦੇ ਕੋਲ ਹੰਕਾਰ ਵੀ ਆ ਜਾਂਦਾ ਹੈ ਤੇ ਇਹ ਤਿੰਨੋਂ ਹੀ ਪ੍ਰਮਾਤਮਾ ਤੱਕ ਪਹੁੰਚਣ ਵਾਲੇ ਰਸਤੇ ਦੇ ਵਿੱਚ ਪਈਆਂ ਹੋਈਆਂ ਅੜਚਨਾ ਹਨ ਇਹਨਾਂ ਤੋਂ ਬਚੀਏ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ हे ਪ੍ਰਭੂ ਇਹਨਾਂ ਅੜਚਨਾ ਤੋਂ ਸਾਨੂੰ ਬਚਾ ਕੇ ਰੱਖ ਤਾਂ ਕਿ ਤੇਰੇ ਤੱਕ ਪਹੁੰਚਣ ਦਾ ਸਾਡਾ ਰਸਤਾ ਸਾਫ਼ ਹੋਵੇ ਤੇਰੇ ਦਰਸ਼ਨ ਅਸੀਂ ਕਰ ਪਾਈਏ ਤੇਰੇ ਸੋਹਣੇ ਚਰਨ ਕਮਲਾਂ ਨੂੰ ਆਪਣੇ ਮਨ ਦੇ ਵਿੱਚ ਅਸੀਂ ਵਸਾ ਪਾਈਏ ਇਸੇ ਸੰਦੇਸ਼ ਦੇ ਨਾਲ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ